हाँ जी, ते सत श्री अकाल सारिआं नूं। आई होप कि तुसीं सारे ठीक होवोगे। अज असीं चले सी खेत। असीं सोचिआ कि असीं वीडियो बना लईए ते तुहानूं सारिआं नूं असीं आपदा खेत दिखा दईए। नाले भूआ होणी वी आए सी, असीं उहनां नाल पूल च बहुत इंजॉय कीता। सारी वीडियो देखिओ ते कमेंट करके जरूर दस्सिओ कि साडा खेत तुहानूं किद्दां दा लग्गिआ। खेत पहुंच चुके हैं, पर भी वड़ जा भूल च। असी अज आदि पट्ठे लियाने वाले व्हीकल ते आए सीगे खेत। असी क्या कार वाली खराब हो जाती है तां करके असी इहदे ते आ गए, जिते असी पट्ठे लैके आने हुंने आ। ਤੁਹਾਨੂੰ ਅਸੀਂ ਆਪਦਾ ਸਾਰਾ ਖੇਤ ਦਿਖਾਵਾਂਗੇ। ਇੱਥੇ ਸਾਡੇ ਫਲਾਂ ਦੇ ਬੂਟੇ ਵੀ ਲੱਗੇ। ਹਾਂਜੀ, ਸਾਰਾ ਕੁਝ ਦਿਖਾਵਾਂਗੇ ਤੁਹਾਨੂੰ। ਸਾਡੀ ਵਲੌਗ ਦੇ ਨਾਲ ਬਣੇ ਰਹੋ। ਅੰਗੂਰਾਂ ਦੇ ਵੇਲ ਵੀ ਆ। ਹਾਂਜੀ, ਪਰ ਸਾਡੇ ਅੰਗੂਰ ਜਾਂਦੇ ਨਹੀਂ ਘਰੇ। ਜਦੋਂ ਝੋਨਾ ਲੱਗਦਾ ਉਦੋਂ ਅੰਗੂਰ ਪੱਕਦੇ ਆ, ਉਦੋਂ ਉਹਨਾਂ ਦੇ ਬੱਚੇ ਖਾ ਜਾਂਦੇ ਜਿਹੜੇ ਝੋਨਾ ਲਾਉਣ ਆਉਂਦੇ। ਹਾਂਜੀ, ਆ ਸਾਡੇ ਅਨਾਰ। ਪਰ ਮੈਂ ਚੇਂਜ ਕਰਦਾ ਕੱਪੜੇ, ਮੰਮਾ ਨੂੰ ਫੜਾ ਦੇ ਉੱਪਰ ਟੰਗ ਦਾ ਪਾਗਲ। ਦੇਖੋ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਉਹ ਜਗ੍ਹਾ ਦਿਖਾਉਣ ਚੱਲੀ ਹਾਂ ਜਿੱਥੇ ਸਾਡੀ ਕਾਲੀ ਨੂੰ ਨੱਪਿਆ ਸੀ। ਅਸੀਂ ਉੱਥੇ ਅੰਬ ਦਾ ਬੂਟਾ ਲਗਾਤਾ ਸੀਗਾ। ਆ ਰਿਹਾ, ਇਹ ਕਾਲੀ ਦੀ ਜਗ੍ਹਾ ਵਾ। ਇੱਥੇ ਅਸੀਂ ਅੰਬ ਦਾ ਬੂਟਾ ਲਗਾਤਾ ਸੀਗਾ। ਆ ਸਾਡੀ ਦੂਜੀ ਮੋਟਰ ਆ। ਆਸੇ ਇੱਥੇ ਵੀ ਆ ਸਾਡਾ ਕੇਲਿਆਂ ਦਾ ਦਰਖਤ ਲੱਗਿਆ ਹੋਇਆ ਵਾ। ਅਸੀਂ ਬਹੁਤ ਕੇਲੇ ਖਾਂਦੇ ਹਾਂ। ਆ ਸਾਡੀ ਦੂਜੀ ਮੋਟਰ। ਆ ਸਾਡੇ ਅਮਰੂਦ ਲੱਗੇ ਹੋਏ ਆ। ਬੀਬੀ ਬੈਠੀ। ਚੱਲ ਸਵਿਮਿੰਗ ਕਰਕੇ ਦਿਖਾ ਦੇ ਪਰਮਵੀਰ। ਲੈਂਡ ਕਰਨ ਜਾ ਰਹੇ ਆ ਹੁਣ ਪੂਲ ਚ। ਉਧਰ ਦੀਦੀ ਦੀਆਂ ਵੰਗਾਂ ਪਾਣੀ ਵਿੱਚ ਡਿੱਗ ਪਈਆਂ, ਹੁਣ ਉਹ ਲੱਭਣ ਜਾ ਰਹੀ ਆ। ਆ ਦੇਖੋ ਪਰਮਵੀਰ ਚੱਲਿਆ ਹੁਣ। ਹੁਣ ਪਰਮਵੀਰ ਜਾਊਗਾ ਮੰਗਾ ਲੱਭਣ। ਦੇਖ ਆਇਆ ਪਰਮਵੀਰ।
ਹੁਣ ਮਿਸ਼ਨ ਸਕਸੈਸਫੁਲ ਕਰ ਕੇ ਆਊਗਾ ਪਰਮਜੀਤ, ਤੂੰ ਕਰ ਸਕਦਾ ਹੈ। ਲੈ ਆਇਆ ਇੱਕ ਵੰਗ, ਲੈ ਆਇਆ ਪਰਮਜੀਤ। दो मंगा ले है परमीर, वेरी गुड। परमीर ले आया दो मंगा, मिशन सक्सेसफुल हो गया। अद्धा एक और ले आया, मेरे पैर कोड़े। मिशन सक्सेसफुल। पर भी कोई गाने सुना दे, हम आप चिल कर रहे हैं। हाँ होंगे रहने काम, एक जिंदगी स्वाद लो होंगे रहने काम, है ना? ठीक है, और कोई गाने सुना दे है। हुणे छाल मारन लगे सी, कहिंदे असीं कदों किसी तो घट रहीए। इन्हां ने छाल मार ली, चाची जी ने तां सक्सैसफुली छाल मार ली। बट जदों भूआ छाल मारन लगे, पहलां उह कहिण लगे वी पासे खड़ जाओ, मैनूं बचा लिओ, है ना। फिर जदों उन्हां ने पूरे तैयार हो के छाल मारी, पहलां विच परमवीर आ गया सीगा, उहने छाल मार के दिखाई भूआ नूं। जदों भूआ ने छाल मारी, भूआ विच ही जा के बहि गई, ते उहनां नूं मसां कढ़िया सी बाहर। बहुत हसे असीं उदों। ਅਸੀਂ ਘਰੋਂ ਪੂਰੇ ਅਰੇਂਜਮੈਂਟ ਕਰਕੇ ਤੁਰੇ ਸੀ, ਸੋਚਿਆ ਵੀ ਸਾਨੂੰ ਉੱਥੇ ਭੁੱਖ ਲੱਗੂਗੀ। ਫਿਰ ਅਸੀਂ ਘਰੋਂ ਹੀ ਖੀਰ ਬਣਾ ਕੇ ਲੈ ਕੇ ਆਏ ਸੀ, ਬਹੁਤ ਟੇਸਟੀ ਸੀਗੀ ਖੀਰ। ਅਤੇ ਫਿਰ ਅਸੀਂ ਸਾਰਿਆਂ ਨੇ ਖੀਰ ਖਾਧੀ। ਉਹ ਦੇਖੋ ਉੱਧਰ ਚੌਂਕੀ ਸਰਦਾਰ ਵਾਲੇ ਚਾਚਾ ਜੀ ਉੱਧਰ ਮਜ਼ੇ ਕਰ ਰਹੇ ਸੀ, ਦੋਨੇ ਮਜ਼ਾਕ ਮਜ਼ਾਕ 'ਚ ਲੜੀ ਜਾ ਰਹੇ ਸੀ। ਅਤੇ ਇੱਧਰ ਫੁੱਫੜ ਜੀ ਸਾਨੂੰ ਖੀਰ ਸਰਵ ਕਰ ਰਹੇ ਸੀਗੇ, ਅਤੇ ਸਾਰਿਆਂ ਨੇ ਬਹੁਤ ਮਜ਼ੇ ਲੈ ਕੇ ਖੀਰ ਖਾਧੀ। ਫਿਰ ਬੀਬੀ ਜੀ ਦੇਖੋ ਹੁਣ ਉਹਦੇ ਉੱਪਰ ਪਏ ਆ, ਅਤੇ ਪੂਰੇ ਮਜ਼ੇ ਕਰ ਰਹੇ ਆ ਬੀਬੀ ਜੀ ਵੀ। ਇਹਨਾਂ ਨੇ ਵੀ ਬਹੁਤ ਮਜ਼ੇ ਕੀਤੇ, ਅਸੀਂ ਸਾਰਿਆਂ ਨੇ ਵੀ ਬਹੁਤ ਮਜ਼ੇ ਕੀਤੇ, ਪਰ ਧੁੱਪ ਬਹੁਤ ਜ਼ਿਆਦਾ ਸੀਗੀ। ਦੇਖੋ ਪਰਮਵੀਰ ਕਿੰਨੀ ਸੋਹਣੀ ਸਵਿਮਿੰਗ ਕਰਦਾ ਵਾ, ਇਹਨੂੰ ਦੇਖ ਦੇਖ ਕੇ ਮੇਰਾ ਵੀ ਜੀ ਕਰਨ ਲੱਗਿਆ ਕਿ ਮੈਨੂੰ ਵੀ ਸਵਿਮਿੰਗ ਆਵੇ। ਫਿਰ ਮੈਂ ਬਹੁਤ ਕੋਸ਼ਿਸ਼ ਕੀਤੀ, ਮੈਨੂੰ ਗੈਰੀ ਨੇ, ਸਾਹਿਲ ਨੇ, ਦੋਨਾਂ ਨੇ ਸਵਿਮਿੰਗ ਸਿਖਾਈ ਰਲ ਕੇ। ਫਿਰ ਮੈਂ ਸਿੱਖ ਹੀ ਗਈ ਸੀ ਸਵਿਮਿੰਗ ਕਰਨਾ, ਅਤੇ ਫਿਰ ਮੈਂ ਬਹੁਤ ਤੈਰੀ। ਪਰਮਵੀਰ ਨੂੰ ਬਹੁਤ ਟਾਈਪਸ ਦੀ ਸਵਿਮਿੰਗ ਆਉਂਦੀ ਸੀਗੀ, ਇਹਨੂੰ ਦੇਖ ਕੇ ਅਸੀਂ ਤਾਂ ਹੈਰਾਨ ਰਹਿ ਗਏ ਵੀ ਇਹ ਛੋਟਾ ਜਿਹਾ ਤਾਂ ਹੈਗਾ, ਇਹਨੂੰ ਇੰਨੇ ਟਾਈਪਸ ਦੀ ਸਵਿਮਿੰਗ ਕਿਵੇਂ ਆਉਂਦੀ ਆ। ਇਹ ਬਿਲਕੁਲ ਫਲੈਟ ਰਹਿ ਕੇ ਬਿਨਾਂ ਹੱਥ ਪੈਰ ਹਿਲਾਏ ਇੱਦਾਂ ਹੀ ਤੈਰੀ ਜਾਂਦਾ ਰਹਿੰਦਾ ਹੁੰਦਾ ਸੀਗਾ ਪਾਣੀ 'ਤੇ। ਭੂਆ ਜੀ ਨੂੰ ਸਵਿਮਿੰਗ ਕਰਨੀ ਤਾਂ ਆਉਂਦੀ ਨਹੀਂ ਸੀ, ਬਟ ਗੈਰੀ ਨੇ ਸੋਚਿਆ ਚਲੋ ਮੈਂ ਆਪਦੀ ਮੰਮਾ ਨੂੰ ਝੂਟੇ ਦੇ ਦਿੰਦਾ ਵਾਂ ਆਪਦੇ ਉੱਪਰ ਬਿਠਾ ਕੇ। ਇੱਦਾਂ ਇਹਨਾਂ ਨੇ ਬਹੁਤ ਮਜ਼ੇ ਕੀਤੇ। ਇੱਧਰ ਚਾਚਾ ਜੀ, ਸਾਹਿਲ, ਪਰਮਵੀਰ ਅਤੇ ਚਾਚੀ ਫਲੋਟ ਦੇ ਉੱਪਰ ਮਜ਼ੇ ਕਰ ਰਹੇ ਸੀ। ਇਹ ਪੂਰੀਆਂ ਟ੍ਰਿਕਸ ਕੀਤੀ ਇਹਨਾਂ ਨੇ ਫਲੋਟ ਦੇ ਉੱਪਰ, ਇਹ ਤਿੰਨ ਤਿੰਨ ਜਾਣੇ ਬੈਠ ਕੇ ਉੱਪਰ ਉਹਦੇ ਫਲੋਟ ਕਰ ਰਹੇ ਸੀਗੇ। ਹਵਾ ਘੱਟ ਸੀਗੀ, ਨਹੀਂ ਤਾਂ ਗੈਰੀ ਨੇ ਵੀ ਬੈਠ ਜਾਣਾ ਸੀਗਾ, ਬਟ ਹਵਾ ਘੱਟ ਕਰਕੇ ਉਹਦੇ ਵਿੱਚ ਅਤੇ ਥੋੜ੍ਹਾ ਜਿਹਾ ਔਖਾ ਸੀਗਾ। ਇੱਧਰ ਮੈਂ ਛਾਲ ਮਾਰਨ ਲੱਗੀ ਸੀਗੀ, ਮੈਂ ਛਾਲ ਤਾਂ ਥੋੜ੍ਹੀ ਦੂਰੀ ਮਾਰੀ, ਬਟ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਮੈਂ ਛਾਲ ਬਹੁਤ ਦੂਰ ਮਾਰੀ, ਬਟ ਜਦੋਂ ਮੈਂ ਇਹ ਵੀਡੀਓ ਦੇਖੀ ਫਿਰ ਮੈਨੂੰ ਪਤਾ ਲੱਗ ਗਿਆ ਕਿ ਮੈਂ ਕਿੰਨੀ ਕੁ ਦੂਰ ਛਾਲ ਮਾਰੀ। ਇੱਧਰ ਚਾਚੀ ਜੀ ਵੀ ਉਹਨਾਂ ਨਾਲ ਲਮਕੀ ਜਾ ਰਹੇ ਆ। ਗੈਰੀ ਥੋੜ੍ਹੀ ਵੇਟ ਕਰ ਰਿਹਾ ਸੀਗਾ ਫਲੋਟ ਲੈਣ ਦੀ, ਕਿਉਂਕਿ ਹਜੇ ਉਹ ਝੂਟੇ ਲੈ ਰਹੇ ਸੀਗੇ। ਮੈਂ ਵੀ ਪੂਰੀ ਕੰਟੀਨਿਊਸਲੀ ਪ੍ਰੈਕਟਿਸ ਕਰ ਰਹੀ ਸੀ ਕਿ ਮੈਂ ਸਵਿਮਿੰਗ ਨਾ ਭੁੱਲ ਜਾਂ। ਜੀ ਹੁਣ ਸਾਰੇ ਫਨ ਕਰ ਰਿਹਾ, ਫੁੱਫੜ ਜੀ ਉੱਤੇ ਬੈਠੇ ਟੱਬ ਜੇ ਤੇ ਆ ਛਾਲਾਂ ਮਾਰਨ ਲੱਗੇ ਵੇ ਪਮਨ ਜੀ ਤੇ ਭੂਆ ਜੀ। ਹੁਣ ਬਸ ਸਾਡੀਆਂ ਘਰੇ ਜਾਣ ਦੀਆਂ ਪੂਰੀਆਂ ਤਿਆਰੀਆਂ ਸੀਗੀਆਂ, ਕਿਉਂਕਿ 2 ਵੱਜ ਚੁੱਕੇ ਸੀ, ਧੁੱਪ ਬਹੁਤ ਜ਼ਿਆਦਾ ਸੀਗੀ, ਅਤੇ ਹੁਣ ਅਸੀਂ ਬਸ ਘਰੇ ਹੀ ਜਾਣਾ ਸੀਗਾ। ਗੈਰੀ ਵੀ ਫਰੰਟ ਸਵਿਮਿੰਗ ਸਿੱਖ ਰਿਹਾ ਸੀਗਾ, ਅਤੇ ਪਰਮਵੀਰ ਆਪਦੇ ਪਾਪਾ ਨਾਲ ਪੰਗੇ ਲਈ ਜਾਂਦਾ ਸੀਗਾ। ਅਤੇ ਮੈਂ ਕਿਹਾ ਆ ਜਾਓ ਚਾਚੀ ਤੁਹਾਨੂੰ ਲਾਸਟ ਬੈਕ ਸਵਿਮਿੰਗ ਸਿਖਾ ਦਾਂ, ਮੈਨੂੰ ਤਾਂ ਆਉਣ ਲੱਗ ਗਈ, ਮੰਮੀ ਤਾਂ ਡਰਦੇ ਸੀਗੇ। ਫਿਰ ਚਾਚੀ ਨੇ ਥੋੜ੍ਹੀ ਬਹੁਤੀ ਸਿੱਖ ਲਈ ਸੀ, ਜ਼ਿਆਦਾ ਤਾਂ ਨਹੀਂ ਇਹਨਾਂ ਨੂੰ ਆਉਣ ਲੱਗੀ, ਬਟ ਇਹਨਾਂ ਨੇ ਫਿਰ ਵੀ ਸਿੱਖ ਲਈ ਸੀਗੀ। ਅਸੀਂ ਸਾਰੇ ਘਰੇ ਚੱਲੇ ਹਾਂ, ਸਾਡਾ ਪੂਲ ਪੂਰਾ ਖਾਲੀ ਹੋ ਚੁੱਕਾ ਵਾ। ਜੇ ਸਾਡਾ ਵਲੌਗ ਤੁਹਾਨੂੰ ਚੰਗਾ ਲੱਗਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ। ਥੈਂਕਸ।